ਵਾਹਿਗੁਰੂ ਜੀ। ਸਾਰਾ ਦਿਨ ਵੈਕਸੀਨੇਸ਼ਨ ਡਰਾਈਵ ਚੱਲ ਰਹੀ ਸੀਗੀ, ਪਿਛਲੇ 6 ਘੰਟੇ ਤੋਂ ਲਗਾਤਾਰ ਬਿਜ਼ੀ ਸੀਗੇ ਕੋਵੈਕਸੀਨ ਔਰ ਕੋਵਿਸ਼ੀਲਡ ਵੈਕਸੀਨ ਲਵਾਉਣ ਦੇ ਵਿੱਚ। ਟੀਮ ਕੁਛ ਟੀਮ ਵਾਪਸ ਜਾ ਚੁੱਕੀ ਹੈ, ਕੁਛ ਟੀਮ ਬਾਕੀ ਟੀਮ ਮੈਂਬਰਸ ਵੇਟ ਕਰ ਰਹੇ ਖਾਣਾ ਖਾਣ ਦੀ। ਡਾਕਟਰ ਸਾਹਿਬਾਨ ਤਾਂ ਜਾ ਚੁੱਕੇ ਨੇ। ਇਸ ਤਰੀਕੇ ਨਾਲ ਸੇਵਾਵਾਂ ਚੱਲਦੀਆਂ। 3B2 ਦੀ ਜੋ ਘਰਾਂ ਦੇ ਵਿੱਚੋਂ ਜੋ ਘਰ ਦੇ ਵਿੱਚ ਸਨੈਕਸ ਬਣਾ ਕੇ ਭੇਜਦੇ ਨਾ, ਉਹ ਰੂਹ ਖੁਸ਼ ਕਰ ਦਿੰਦੇ ਨਾ ਕਦੇ ਇੰਨਾ, ਹੈ ਨਾ। ਪੁਨੀਤ ਭੈਣ ਜੀ, ਉਪਨੀਤ ਭੈਣ, ਉਹ ਮਤਲਬ ਕਿ ਨਾ ਇੰਨੇ ਪਿਆਰ ਔਰ ਸੇਵਾ ਭਾਵ ਨਾਲ ਸ਼ਿੱਦਤ ਨਾਲ ਨਾ, ਬੈਟਰ ਡੇਜ਼ ਆਰ ਔਨ ਦੇਅਰ ਵੇ, ਸਟੇ ਪੋਜ਼ਿਟਿਵ, ਲੁੱਕ ਐਟ ਹਾਓ ਫਾਰ ਯੂ ਹੈਵ ਗੋਨ ਐਂਡ ਕੀਪ ਗੋਇੰਗ। ਮਤਲਬ ਕਿ ਇਹ ਸੇਵਾ ਦਾ ਜਿਹੜਾ ਭਾਵ ਹੈ ਨਾ, ਜ਼ਿੰਦਗੀਆਂ ਤਾਂ ਬਚੇ ਰਹੀਆਂ ਲੇਕਿਨ ਉਹ ਭਾਵ ਹੈ ਨਾ, ਇਟ ਵਿਲ ਗੈਟ ਬੈਟਰ, ਦਿਸ ਇਜ਼ ਜਸਟ ਅ ਬੈਡ ਟਾਈਮ ਨੋਟ ਬੈਡ ਲਾਈਫ, ਸਮਾਈਲ ਬਿਫੋਰ ਯੂ ਈਟ। ਮਤਲਬ ਇੰਨਾ ਵਧੀਆ ਵਧੀਆ ਤਾਂ ਹੋਰ ਬਹੁਤ ਡੱਬਿਆਂ 'ਤੇ ਲਿਖਿਆ ਹੋਇਆ। ਰੂਹ ਪੇਸ਼ੈਂਟ ਨੇ ਤਾਂ ਪੜ੍ਹ ਕੇ ਖੁਸ਼ ਹੋਣਾ, ਅਸੀਂ ਉਹ ਕਿੰਨਾ ਖੁਸ਼ ਹੋ ਗਏ ਨਾ, ਕਿੱਦਾਂ ਨਹੀਂ ਠੀਕ ਹੋ ਗਿਆ ਪੇਸ਼ੈਂਟ, ਹੈ ਨਾ। ਸੋ ਵਾਹਿਗੁਰੂ, ਹੈ ਐਨਰਜੀ, ਹੋ ਇੰਨੀ ਪਿਓਰ ਐਨਰਜੀ, ਹਾਂ, ਖਾਣ ਤੋਂ ਪਹਿਲਾਂ ਹੀ ਇੱਦਾਂ ਠੀਕ ਹੋ ਜਾਏਗਾ ਬੰਦਾ, ਬਾਕੀ ਖਾਣ ਤੋਂ ਬਾਅਦ ਜੀ। ਆ ਫਰੂਟਸ ਕੱਟ ਰਹੇ ਹਾਂ ਪੇਸ਼ੈਂਟਸ ਲਈ, ਹੈ ਨਾ, ਟੀਮ ਹੁਣ ਵਿਹਲੀ ਹੋ ਕੇ ਖਾ ਰਹੀ ਆ। ਸੋ ਇਸ ਤਰੀਕੇ ਨਾਲ ਵਾਹਿਗੁਰੂ ਸੇਵਾ ਚੱਲਦੀ ਆ। ਸੋ ਵਾਹਿਗੁਰੂ ਸਾਰੀ ਟੀਮ ਦਾ ਜੋ ਘਰ ਬੈਠ ਕੇ, ਹੈ ਨਾ, ਚਾਹੇ ਉਹ ਪਾਣੀ ਦੀ ਸੇਵਾ ਕਰਦੇ ਆ, ਚਾਹੇ ਕਿਸੇ ਚੀਜ਼ ਦੀ, ਚਾਹੇ ਆਟੇ ਪਾਣੀ ਦੀ, ਸਾਰਿਆਂ ਦੀ, ਹੈ ਨਾ, ਲੱਸੀਆਂ ਦੀ, ਰਸ਼ਮੀ ਭੈਣ ਜੀ ਨੇ, ਮਤਲਬ ਜੇ ਮੈਂ ਨਾਮ ਲੈਣ ਲੱਗ ਗਿਆ ਉਹ ਬਹੁਤ ਲੰਬੀ ਵੀਡੀਓ ਚੱਲ ਜਾਏਗੀ, ਉਹ ਤਾਂ ਫਿਰ ਨਾ ਜੇ ਮੈਂ ਨਾਮ ਹੀ ਲੈਣ ਲੱਗ ਗਏ। ਸੋ ਵਾਹਿਗੁਰੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪਣੇ ਆਪਣੇ ਹਿੱਸੇ ਦੀ ਸੇਵਾ ਨਿਭਾ ਰਹੇ ਹੋ। ਗਰਾਊਂਡ ਟੀਮ ਤਾਂ ਹੀ ਅੱਗੇ ਆ ਕੇ ਕਰ ਪਾਉਂਦੀ ਹੈ ਕਿਉਂਕਿ ਬੈਕ ਐਂਡ 'ਤੇ ਤੁਸੀਂ ਆਪਣਾ ਰੋਲ ਜੋ ਹੈ ਰਿਸਪੋਂਸੀਬਿਲਟੀ ਦਾ ਨਿਭਾ ਰਹੇ ਹੋ। ਸੋ ਗੁਰੂ ਸਾਹਿਬ ਸਭ ਨੂੰ ਸਮਰਥਤਾ ਦੇਣ, ਹੋਰ ਬਲ ਬਖਸ਼ਣ, ਹੋਰ ਉੱਦਮ ਚਾਹ ਬਖਸ਼ਣ, ਤਾਂ ਕਿ ਬਾਕੀ ਸੇਵਾਵਾਂ ਦੀ, ਬਾਕੀ ਪੇਸ਼ੈਂਟਸ ਦੀ ਸੇਵਾ ਔਰ ਬਾਕੀ ਸਾਰੀਆਂ ਚੱਲਦੀਆਂ ਰਹਿਣ। ਪਲੀਜ਼ ਜੇ ਤੁਸੀਂ ਵਿਜ਼ਿਟ ਨਹੀਂ ਕੀਤਾ ਹਜੇ ਤੱਕ ਤਾਂ ਸਰਵ ਹਿਊਮੈਨਿਟੀ ਸਾਹਿਬ ਗੋਡ ਦੇ ਪੇਜ 'ਤੇ ਵਿਜ਼ਿਟ ਕਰੋ ਔਰ ਦੇਖੋ ਪੁਰਾਣੀ ਸੇਵਾਵਾਂ ਕਿਆ ਚੱਲਦੀਆਂ ਨੇ। ਉਹ ਵੀ ਪੈਰਲਲ ਬਸ ਥੋੜ੍ਹੀ ਸਲੋ ਪੇਜ 'ਤੇ ਚੱਲ ਰਹੀਆਂ ਨੇ, ਹੁਣ ਉਹ ਫੁੱਲ ਪੇਜ 'ਤੇ ਵਿਦ ਇਨ 5 to 10 ਡੇਜ਼ ਹੋ ਜੂਗੀ ਸ਼ੁਰੂ ਨਾ, 5-10 ਦਿਨ 'ਚ ਫੁੱਲ ਪੇਜ 'ਤੇ ਸ਼ੁਰੂ ਹੋਣ ਲੱਗੇ ਵਾਹਿਗੁਰੂ। ਸੋ ਪਲੀਜ਼ ਜ਼ਰੂਰ ਪਾਰਟੀਸਪੇਟ, ਉਸ 'ਚ ਵੀ ਕਰਿਓ, ਬਹੁਤ ਲੋੜ ਹੈ।